ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਉਹ ਪਵਿੱਤਰ ਖੂਹ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 18 ਸਾਲ ਇਸ ਖੂਹ ਦੇ ਜਲ ਨਾਲ ਖੇਤੀ ਕੀਤੀ ਸੀ। ਸਤਸੰਗ ਜੀ ਦਰਸ਼ਨ ਕਰੋ ਉਸ ਖੂਹ ਦੇ, ਪਵਿੱਤਰ ਖੂਹ ਦੇ, ਜਿੱਥੇ ਗੁਰੂ ਨਾਨਕ ਦੇਵ ਜੀ ਨੇ 18 ਸਾਲ ਖੇਤੀ ਕੀਤੀ ਸੀ ਜਲ ਦੇ ਨਾਲ। ਇਹ ਬਾਹਰ ਵੀ ਚਰਕਰੀ ਹੈ, ਇਹ ਬਾਹਰੋਂ ਚੱਲਦਾ ਹੈ, ਅੰਦਰੋਂ ਘੁੰਮਦਾ ਹੈ, ਹੁੰਦਾ ਨਾ ਇਹ ਚੱਲਦਾ ਨਾ, ਚਲਾਓ ਚਲਾਇਓ ਨਹੀਂ, ਇਹ ਚੱਲਦਾ ਨਾ ਮਸ਼ੀਨ, ਉਹ ਬਾਹਰਲਾ ਚੱਲਦਾ। ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਂਦੇ ਹਾਂ ਆਪਣੇ ਹਿੰਦੁਸਤਾਨ ਦਾ ਕਾਰਨਾਮਾ। 1971 ਦੀ ਜੰਗ ਦੇ ਵਿੱਚ ਹਿੰਦੁਸਤਾਨ ਦੀ ਹਵਾਈ ਸੈਨਾ ਨੇ ਨਾ ਇਹ ਗੁਰਦੁਆਰੇ ਉੱਤੇ ਬੰਬ ਮਾਰਿਆ ਸੀ। ਇਹ ਬੰਬ ਜੇ ਇਹ ਦੇਖ ਲਓ ਕਰਤੂਤ ਸਾਡੀ ਹਿੰਦੁਸਤਾਨ ਸਰਕਾਰ ਦੀ, ਸਾਡੇ ਗੁਰੂ ਘਰਾਂ ਉੱਤੇ ਬੰਬ ਸੁੱਟੇ, ਪਰ ਗੁਰੂ ਨਾਨਕ ਦੇਵ ਦੀ ਅਪਾਰ ਕਿਰਪਾ ਸਦਕਾ ਇਹ ਬੰਬ ਇੱਥੇ ਆ ਕੇ ਫੁੱਸ ਹੋ ਗਿਆ। ਫੁੱਸ ਕੀ ਹੋ ਗਿਆ? ਹਿੰਦੁਸਤਾਨ ਦੀ ਸੈਨਾ ਹੀ ਫੁੱਸ ਹੋ ਗਈ। ਮਹਾਰਾਜ ਨੇ ਆਪ ਪੜ੍ਹੋ ਲਿਖਿਆ ਹੋਇਆ ਜੀ ਇੱਥੇ ਸਾਰਾ ਕੁਛ, ਮੈਂ ਨਹੀਂ ਕਹਿ ਰਿਹਾ, ਇਤਿਹਾਸ ਗਵਾਹ ਹੈ ਇਸ ਗੱਲ ਦਾ। ਇਹ ਜੇ ਬੰਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। तो ये मेरे पीछे गुरुदेव जी का वेल था जहाँ से वो पानी निकाल के अपने खेतों में या फील्ड्स में दिया करते थे। और ऐसा यहाँ पे लिखा भी हुआ है कि कुछ ये ईयर जो है इस ईयर में इंडियन एयरफोर्स ने बम गिराए थे यहाँ पर इसको डिस्ट्रॉय करने के लिए, लेकिन वो जो बॉम्ब है वो इसी वेल के अंदर जाके गिरे थे, जिससे कि कुछ भी नहीं हुआ आसपास। तो काफ़ी ज़्यादा मैजिकल वेल भी कहा जाता है इसको।